ਸਤਿ ਸ਼੍ਰੀ ਅਕਾਲ, ਚਰਨ ਕਮਲ ਸਿੰਘ ਓਲਡ ਆਯੁਰਵੇਦਾ ਧੂਰੀ ਪੰਜਾਬ ਤੋਂ, ਸੁਸੰਤ ਗੋਬਿੰਦਾਸ ਆਯੁਰਵੇਦਿਕ ਸੇਵਾ ਸੰਸਥਾ ਵੱਲੋਂ ਤੁਹਾਡਾ ਨੁਸਖੇ ਸ਼ੇਅਰ ਕਰਦੇ ਹਾਂ। ਸਾਡੇ ਜਮੈਸੀ ਖਾਨਦਾਨੀ ਪ੍ਰਾਚੀਨ ਆਯੁਰਵੇਦ ਦੇ ਨੁਸਖੇ ਜਿਨ੍ਹਾਂ ਦਾ ਤੁਹਾਨੂੰ ਫਾਇਦਾ ਹੋ ਸਕੇ। ਬਾਕੀ ਸਭ ਦਾ ਹੱਥ ਜੋੜ ਕੇ ਧੰਨਵਾਦ ਕਰਦਾ। ਤੁਸੀਂ ਪਿਆਰ ਸਤਿਕਾਰ ਦਿੰਦੇ ਹੋ, ਵੀਡੀਓ ਦੇਖ ਕੇ ਠੀਕ ਹੁੰਦੇ ਹੋ ਅਤੇ ਆਪਣਾ ਇਲਾਜ ਕਰਦੇ ਹੋ ਅਤੇ ਦੱਸ ਦਿਓ ਮੈਨੂੰ, ਇਸ ਤਰ੍ਹਾਂ ਦੱਸਦੇ ਰਿਹਾ ਕਰੋ, ਕਮੈਂਟ ਵੀ ਜ਼ਰੂਰ ਕਰਿਆ ਕਰੋ। ਬਾਕੀ ਚੈਨਲ ਸਬਸਕ੍ਰਾਈਬ ਕਰਿਆ ਸਬਸਕ੍ਰਾਈਬ ਕਰ ਸਕਦੇ ਹੋ, ਨਾਲ ਘੰਟੀ ਲੱਗੀ ਹੁੰਦੀ ਹੈ, ਇਹ ਦੱਬ ਦੋਗੇ ਤਾਂ ਇਹਦੇ ਨਾਲ ਤੁਹਾਡੀ ਕੋਲ ਵੀਡੀਓ ਜਿੱਦਾਂ ਆਉਂਦੀ ਰਹਿੰਦੀ ਹੈ ਫਿਰ ਜਲਦੀ। ਅਗਰ ਚੈਨਲ ਸਬਸਕ੍ਰਾਈਬ ਤੁਸੀਂ ਹੁਣੀ ਕਰਿਆ ਤਾਂ ਨਾਲ ਘੰਟੀ ਵੀ ਦੱਬਿਓ ਅਤੇ ਇਹਦੇ ਨਾਲ ਵੀਡੀਓ ਦਾ ਪਤਾ ਲੱਗ ਜਾਂਦਾ ਆਉਂਦੀ ਦਾ। ਅੱਜ ਦੀ ਜਿਹੜੀ ਆਪਣੀ ਵੀਡੀਓ ਹੈ, ਕਿਉਂਕਿ ਪਿਛਲੇ ਦਿਨਾਂ ਤੋਂ ਮੈਂ ਪੇਠੇ ਦੀ ਆਪਣੀ ਸਿਹਤ ਚੱਲ ਰਹੀ ਆ, ਪੇਠੇ ਬਾਰੇ ਹੀ ਤੁਹਾਨੂੰ ਪੇਠੇ ਦੇ ਗੁਣ ਦੱਸ ਰਿਹਾ ਮੈਂ, ਪੇਠੇ ਦੇ ਵਿੱਚ ਕਿੰਨੇ ਗੁਣ ਭਰੇ ਹੋਏ ਨੇ, ਅਨੇਕਾਂ ਹੀ ਫਾਇਦੇ ਨੇ। ਔਰ ਪੇਠੇ ਨਾਲ ਮੈਂ ਤੁਹਾਨੂੰ ਅਲੱਗ ਅਲੱਗ ਤਰ੍ਹਾਂ ਦੇ ਇਲਾਜ ਦੱਸ ਰਿਹਾ ਵੀ ਤੁਸੀਂ ਕਿਵੇਂ ਕਰ ਸਕਦੇ ਹੋ। ਜਿਹੜਾ ਇਹ ਪੇਠਾ, ਤੁਸੀਂ ਜਿਹੜੀ ਪੇਠੇ ਦੀ ਮਿਠਾਈ ਬਣਦੀ ਹੈ ਜਿਹੜੇ ਪੇਠੇ ਦੀ, ਉਹ ਪੇਠਾ ਲਓ। ਜਿਹੜੇ ਪੇਠੇ ਦੀ ਮਿਠਾਈ ਬਣਦੀ ਆ, ਆਪਾਂ ਮਿਠਾਈ ਖਾਂਦੇ ਹਾਂ ਪੇਠੇ ਦੀ, ਮਿੱਠਾ ਕਰਕੇ ਜਿਹੜਾ ਦਿੰਦੇ ਨੇ ਆਪਾਂ ਨੂੰ, ਉਹ ਪੇਠਾ ਇਹ ਜਿੱਦਾਂ ਵਾਈਟ ਕਲਰ ਦਾ ਪੇਠਾ ਹੁੰਦਾ, ਔਰ ਵਿੰਟਰ ਮੈਲਨ ਵੀ ਕਹਿੰਦੇ ਨੇ ਇਹਨੂੰ, ਜਿੱਦਾਂ ਇਹ ਮੈਲਨ ਦੇ ਵਿੱਚ ਆ ਜਾਂਦਾ, ਵਿੰਟਰ ਮੈਲਨ ਹੋ ਗਿਆ, ਜਾਂ ਆਪਾਂ ਆਮ ਤਰਬੂਜ ਹੁੰਦਾ ਵਾਟਰ ਮੈਲਨ ਕਹਿੰਦੇ ਹਾਂ, ਇਹ ਵਿੰਟਰ ਮੈਲਨ। ਅਤੇ ਬਾਕੀ ਇਹਨੂੰ ਇੱਦਾਂ ਇੰਗਲਿਸ਼ 'ਚ ਕਿਹਾ ਜਾਂਦਾ ਵਿੰਟਰ ਮੈਲਨ। ਪੇਠਾ ਜਿਹਨੂੰ ਤੁਸੀਂ ਕੱਦੂ ਕਹਿ ਦਿੰਦੇ ਹੋ, ਵੈਸੇ ਕੱਦੂ ਜਿਹੜਾ ਘੀ ਆ ਅਲੱਗ ਚੀਜ਼ ਹੁੰਦੀ ਹੈ, ਪੇਠਾ ਹੁੰਦਾ ਜਿਹੜਾ ਵੱਡਾ ਸਾਰਾ ਤਰਬੂਜ ਵਰਗਾ ਜਿਹੜਾ ਪੇਠਾ, ਇਹ ਚਿੱਟੇ ਕਲਰ ਦਾ ਹੁੰਦਾ ਇੱਕ, ਜਿਹਦੀ ਪੇਠੇ ਦੀ ਮਿਠਾਈ ਬਣਦੀ ਆ, ਉਹ ਵਾਲਾ ਲੈ ਲਓ, ਉਹ ਜ਼ਿਆਦਾ ਫਾਇਦੇਮੰਦ ਆ। ਜੇ ਉਹ ਨਹੀਂ ਮਿਲਦਾ ਫਿਰ ਤੁਸੀਂ ਆਮ ਪੇਠਾ ਜਿਹੜਾ ਤੁਸੀਂ ਸਬਜ਼ੀ ਬਣਾਉਣੇ ਹੋ ਘਰ, ਉਹ ਵੀ ਵਰਤ ਸਕਦੇ ਹੋ। ਇਹਦੇ ਜੂਸ ਨਾਲ ਆਪਾਂ ਫਾਇਦੇ ਦੇ ਦੇਖ ਰਹੇ ਹਾਂ ਵੀ ਕਿੰਨੇ ਫਾਇਦੇ ਨੇ। ਹੁਣ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਵਿੱਚ ਦੱਸੂਗਾ ਵੀ ਇਹਦੇ ਨਾਲ ਤੁਸੀਂ ਕਿਹੜੀਆਂ ਪੱਥਰੀਆਂ ਜਿਹੜੀਆਂ ਆਪਣੀਆਂ ਠੀਕ ਕਰ ਸਕਦੇ ਹੋ, ਸਟੋਨ ਨੇ ਜਿਹੜੀਆਂ ਤੁਹਾਡੇ ਪੱਥਰੀਆਂ ਨੇ, ਕਿਹੜੀਆਂ ਕਿਹੜੀਆਂ ਪੱਥਰੀਆਂ ਠੀਕ ਹੋ ਸਕਦੀਆਂ ਨੇ ਇਹ ਪੇਠੇ ਦੇ ਜੂਸ ਨਾਲ। ਪੇਠੇ ਦਾ ਜੂਸ ਤੁਸੀਂ ਸਵੇਰੇ ਖਾਲੀ ਪੇਟ ਪੀਣਾ, ਤਕਰੀਬਨ ਘੱਟੋ ਘੱਟ ਤੁਸੀਂ 200 ml ਜ਼ਰੂਰ ਪੀਓ ਸਵੇਰੇ ਖਾਲੀ ਪੇਟ, 200 ml, 150-250 ml ਤੱਕ ਖਾਲੀ ਪੇਟ ਪੀਣਾ, ਜੂਸ ਕੱਢ ਕੇ ਪੇਠੇ ਦਾ ਰਸ ਕੱਢ ਕੇ ਸਵੇਰੇ ਖਾਲੀ ਪੇਟ ਪੀਣਾ। ਅਤੇ ਜਿਹੜੀ ਮੈਂ ਹੁਣ ਪ੍ਰੋਬਲਮ ਦੱਸਣ ਲੱਗਿਆ ਜਿਹਦੇ ਵਿੱਚ ਤੁਸੀਂ ਫਾਇਦਾ ਲੈ ਸਕਦੇ ਹੋ, ਉਹ ਹੈਗੀਆਂ ਪੱਥਰੀਆਂ। ਕਿਹੜੀਆਂ ਕਿਹੜੀਆਂ ਪੱਥਰੀਆਂ ਨੇ? ਇੱਕ ਤਾਂ ਤੁਹਾਡੀ ਬਲੈਡਰ ਦੀ ਪੱਥਰੀ ਹੋ ਗਈ, ਜਿਸ ਤਰ੍ਹਾਂ ਮੂਤਰਸ਼ਿਆ ਦੇ ਵਿੱਚ ਬਲੈਡਰ ਦੇ ਵਿੱਚ ਪੱਥਰੀ ਰੁਕ ਜੇ, ਉੱਥੇ ਪੱਥਰੀ ਨੂੰ ਠੀਕ ਕਰੂਗਾ ਇਹ। ਦੂਸਰਾ ਜਿਹੜੀ ਬ੍ਰਿਕ ਅਸਮਰੀ ਮਤਲਬ ਕਿਡਨੀ ਸਟੋਨ, ਜਿਹੜੀ ਕਿਡਨੀ ਦੇ ਵਿੱਚ ਤੁਹਾਡੇ ਪੱਥਰੀ ਆ ਗੁਰਦੇ ਦੇ ਵਿੱਚ, ਉਹਨੂੰ ਠੀਕ ਕਰੂਗਾ, ਉਹਨੂੰ ਕੱਢੂਗਾ, ਖੋਰ ਕੇ ਪੱਥਰੀ ਜਿਹੜੀ ਬਾਹਰ ਆਊਗੀ। ਅਗਲੀ ਜਿਹੜੀ ਪਿੱਤ ਸਿਆਸਮਰੀ ਕਿਹੜੀ ਆ? ਪਿੱਤੇ ਦੀ, ਪਿੱਤਾ ਜਿਹੜਾ ਤੁਸੀਂ ਕਹਿੰਦੇ ਹੋ, ਪਿੱਤਾ ਕਢਵਾ ਦਿੰਦੇ ਹੋ, ਪਿੱਤਾ ਦਾ ਆਪਰੇਸ਼ਨ ਕਰਵਾ ਦਿੰਦੇ ਆਪਾਂ, ਉਹ ਹੋ ਗਿਆ ਗੋਲ ਬਲੈਡਰ। ਜਿਹੜਾ ਗੋਲ ਬਲੈਡਰ ਆ, ਗੋਲ ਬਲੈਡਰ ਦੀ ਪੱਥਰੀ ਨੂੰ ਵੀ ਇਹ ਠੀਕ ਕਰ ਸਕਦਾ ਨਿਯਮਤ ਰੂਪ ਨਾਲ। ਅਗਰ ਤੁਸੀਂ ਹਜੇ ਤੱਕ ਆਪਰੇਸ਼ਨ ਨਹੀਂ ਕਰਵਾਇਆ ਪਿੱਤੇ ਦੇ ਵਿੱਚ ਪੱਥਰੀ ਲੱਗਦੀ ਆ, ਤਾਂ ਤੁਸੀਂ ਇਹਦਾ 2 ਮਹੀਨੇ ਸੇਵਨ ਜ਼ਰੂਰ ਕਰੋ, ਉਦੋਂ ਬਾਅਦ ਤੁਸੀਂ ਚੈੱਕਅਪ ਕਰਾਓ, ਅਲਟਰਾਸਾਊਂਡ ਕਰਾਓ ਵੀ ਜੇ ਤਾਂ ਪੱਥਰੀ ਦੇ ਵਿੱਚ ਤੁਹਾਡੇ ਪਿੱਤੇ ਦੇ ਫਰਕ ਪੈਂਦਾ 2-3 ਮਹੀਨਿਆਂ ਦੇ ਵਿੱਚ, ਪਿੱਤੇ ਦੀ ਪੱਥਰੀ ਦੇ ਵਿੱਚ ਫਰਕ ਪੈਂਦਾ, ਫਿਰ ਤਾਂ ਤੁਸੀਂ ਇਹਦਾ ਸੇਵਨ ਕਰੋ, ਨਹੀਂ ਤੁਸੀਂ ਆਪਰੇਸ਼ਨ ਕਰਾਉਣਾ, ਆਪਰੇਸ਼ਨ ਕਰਾ ਸਕਦੇ ਹੋ। ਅਗਰ ਤੁਸੀਂ ਆਪਰੇਸ਼ਨ ਹਜੇ ਕਰਾਉਣ ਦੀ ਤੁਹਾਡੀ ਇਮੀਡੀਏਟਲੀ ਨਹੀਂ ਹੈਗਾ ਵੀ ਡਾਕਟਰ ਨੇ ਤੁਹਾਨੂੰ ਹਜੇ ਇੰਨਾ ਜਲਦੀ ਆਪਰੇਸ਼ਨ ਨੂੰ ਨਹੀਂ ਕਿਹਾ, ਤਾਂ ਤੁਸੀਂ ਇਹਦਾ ਪਹਿਲਾਂ ਵਰਤੋਂ ਕਰਕੇ ਦੇਖ ਸਕਦੇ ਹੋ 2-3 ਮਹੀਨੇ ਇਹ ਜੂਸ ਦੀ ਪਿੱਤੇ ਦੀ ਪੱਥਰੀ ਦੇ ਵਿੱਚ। ਇਹ ਨਹੀਂ ਕਹੂੰਗਾ ਵੀ ਤੁਹਾਨੂੰ ਇਮੀਡੀਏਟਲੀ ਜਿਹੜੀ ਪਿੱਤੇ ਦੀ ਪੱਥਰੀ ਦੀ ਆਪਣਾ ਦਰਦ ਹੋ ਰਿਹਾ, ਤੁਹਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਵਧੀ ਹੋਈ ਆ, ਤੁਹਾਨੂੰ ਡਾਕਟਰ ਨੇ ਕਿਹਾ ਆਪਰੇਸ਼ਨ ਕਰਾਓ, ਇੱਧਰੋਂ ਤੁਸੀਂ ਆਪਰੇਸ਼ਨ ਨਾ ਕਰਾਵੋ, ਜੂਸ ਪੀਣ ਲੱਗ ਜਾਓ, ਉਹਦੇ ਵਿੱਚ ਨਹੀਂ ਮੈਂ ਸਲਾਹ ਦਊਂਗਾ। ਅਗਰ ਤੁਹਾਨੂੰ ਡਾਕਟਰ ਨੇ ਹਜੇ ਤਾਂ ਆਪਰੇਸ਼ਨ ਤੱਕ ਦੀ ਸਲਾਹ ਨਹੀਂ ਦਿੱਤੀ, ਡਾਕਟਰ ਨੇ ਤੁਹਾਨੂੰ ਇਮੀਡੀਏਟਲੀ ਆਪਰੇਸ਼ਨ ਨੂੰ ਨਹੀਂ ਕਿਹਾ ਵੀ ਜਲਦੀ ਆਪਰੇਸ਼ਨ ਕਰਾਉਣ ਨੂੰ ਨਹੀਂ ਕਿਹਾ, ਤੁਹਾਡੇ ਕੋਲ ਸਮਾਂ ਹੈਗਾ ਤਾਂ ਉਨਾ ਟਾਈਮ ਤੁਸੀਂ ਇਹਦਾ ਜੂਸ ਦੀ ਵਰਤੋਂ ਕਰਕੇ ਦੇਖੋ, ਇਹਦੇ ਨਾਲ ਤੁਹਾਨੂੰ ਲਾਭ ਮਿਲ ਸਕਦਾ। ਬਾਕੀ ਗੁਰਦੇ ਦੀ ਪੱਥਰੀ ਤਾਂ ਬਿਲਕੁਲ 100% ਠੀਕ ਹੀ ਹੋਊਗੀ, ਔਰ ਜਿਹੜੀ ਹੈਗੀ ਆ ਬਲੈਡਰ ਦੀ ਪੱਥਰੀ ਮਤਲਬ ਮੂਤਰਸ਼ਿਆ ਦੀ, ਉਹ ਵੀ ਠੀਕ ਹੋਊਗੀ। ਅਤੇ ਇਹਦਾ ਤੁਸੀਂ ਸੇਵਨ ਕਿਵੇਂ ਕਰਨਾ? ਹੁਣ ਤੁਸੀਂ ਇਹ ਪੱਥਰੀਆਂ ਦੇ ਵਿੱਚ ਇੱਕ ਤੁਸੀਂ ਜੌਂ ਖਾਰ ਲੈਣਾ, ਜੌਂ ਖਾਰ ਮਿਲ ਜਾਂਦਾ ਪੰਸਾਰੀ ਦੁਕਾਨ ਤੋਂ, ਐਡੀਆਂ ਟੁਕੜੀਆਂ ਹੁੰਦੀਆਂ ਨੇ ਜਿੱਦਾਂ, ਜੌਂ ਖਾਰ ਲੈ ਕੇ ਉਹਦਾ ਤੁਸੀਂ ਪਾਊਡਰ ਕਰਕੇ ਰੱਖ ਲੈਣਾ, ਜੌਂ ਖਾਰ ਦਾ ਪਾਊਡਰ ਕਰਕੇ ਰੱਖ ਲਓ। ਔਰ ਦੂਸਰਾ ਤੁਸੀਂ ਕੀ ਲੈਣਾ, ਜੌਂ ਖਾਰ ਦੇ ਵਿੱਚ ਐਡ ਕਰਨਾ ਤੁਸੀਂ ਹਿੰਗ ਭੁੰਨ ਕੇ, ਹਿੰਗ ਲਿਆਓ ਸ਼ੁੱਧ ਵਧੀਆ, ਜਿਹੜੀ ਹੀਰਾ ਹਿੰਗ ਹੁੰਦੀ ਆ ਪੰਸਾਰੀ ਤੋਂ ਮਿਲ ਜਾਂਦੀ ਆ, ਹਿੰਗ ਨੂੰ ਲਿਆ ਕੇ ਉਹਨੂੰ ਭੁੰਨ ਕੇ ਚੰਗੀ ਤਰ੍ਹਾਂ ਦੇਸੀ ਘਿਓ ਦੇ ਵਿੱਚ, ਜਦੋਂ ਉਹ ਬਿਲਕੁਲ ਉਹਦਾ ਬਰਾਊਨ ਜੀ ਹੋ ਜੇ, ਡਾਰਕ ਕਲਰ ਦੀ ਹੁੰਦੀ ਹੈ ਹਿੰਗ, ਜਿਵੇਂ ਚੋਕਲੇਟ ਕਲਰ ਦੀ ਹੁੰਦੀ ਆ, ਤਾਂ ਜਦੋਂ ਤੁਸੀਂ ਭੁੰਨੋਗੇ ਤਾਂ ਉਹ ਹਲਕੀ ਹਲਕੀ ਸਫੇਦ ਜਿਹੇ ਕਲਰ ਦੀ ਹੋ ਜੂਗੀ, ਮਤਲਬ ਭੁੱਜ ਜੂਗੀ। ਜਦੋਂ ਉਹਦਾ ਚੰਗੀ ਤਰ੍ਹਾਂ ਪਾਊਡਰ ਕਰਕੇ ਰੱਖ ਲਓ, ਜਿਵੇਂ ਤੁਸੀਂ ਮੰਨ ਲਓ 100 ਗ੍ਰਾਮ ਤਾਂ ਲੈ ਲਿਆ ਜੌਂ ਖਾਰ, ਤਾਂ ਉਹਦੇ ਵਿੱਚ ਤੁਸੀਂ ਜਿਹੜੀ 30 ਗ੍ਰਾਮ ਹਿੰਗ ਪਾ ਲਓ, 30 ਗ੍ਰਾਮ ਹਿੰਗ, 100 ਗ੍ਰਾਮ ਜੌਂ ਖਾਰ, ਇਹ ਦੋਨੇ ਚੀਜ਼ਾਂ ਨੂੰ ਪੀਸ ਕੇ ਰੱਖ ਲਓ, ਤਾਂ ਜਦੋਂ ਵੀ ਤੁਸੀਂ ਇਹ ਜੂਸ ਪੀਣਾ
ਤਾਂ ਉਹਦੇ ਵਿੱਚ ਚਮਚੇ ਦਾ ਚੌਥਾ ਹਿੱਸਾ, ਜਿਵੇਂ ਇੱਕ ਚਮਚਾ ਉਹਦਾ ਚੌਥਾ ਹਿੱਸਾ, ਚਮਚੇ ਦਾ ਚੌਥਾ ਹਿੱਸਾ ਉਹਦੇ ਜੂਸ ਦੇ ਵਿੱਚ ਘੋਲ ਕੇ ਸਵੇਰੇ ਖਾਲੀ ਪੇਟ ਪੀਓ ਇਹਨੂੰ। ਅਤੇ ਅਗਰ ਤੁਹਾਡੇ ਦਰਦ ਹੁੰਦਾ ਪਿੱਤੇ ਦੀ ਪੱਥਰੀ ਦਾ ਜਾਂ ਗੁਰਦੇ ਦੀ ਪੱਥਰੀ ਦਾ, ਦਰਦ ਵੀ ਨਾਲ ਨਾਲ ਠੀਕ ਹੋਊਗਾ ਔਰ ਜਿਹੜਾ ਹੈਗਾ ਪੱਥਰੀ ਦੇ ਵਿੱਚ ਤੁਹਾਡਾ ਬਿਲਕੁਲ ਕਲੀਅਰ ਹੋ ਜੂਗਾ, ਪੱਥਰੀ ਜਿਹੜੀ ਬਿਲਕੁਲ ਤੁਹਾਡੀ ਕਲੀਅਰ ਹੋ ਜੂਗੀ, ਖੁਰ ਕੇ ਨਿਕਲ ਜੂਗੀ ਪੱਥਰੀ। ਅਤੇ ਜਿਹੜਾ ਹੈਗਾ ਇਹ ਡਾਇਓਰੇਟਿਕ ਵੀ ਆ, ਮਤਲਬ ਜਿਹੜਾ ਪੇਠੇ ਨਾਲ, ਪੇਠੇ ਦੇ ਜੂਸ ਪੀਣ ਨਾਲ ਪਿਸ਼ਾਬ ਵੀ ਸਾਨੂੰ ਖੁੱਲ੍ਹ ਕੇ ਆਉਂਦਾ ਔਰ ਪਿਸ਼ਾਬ ਦੇ ਜਿਹੜੇ ਹੋਰ ਵਿਕਾਰ ਨੇ ਉਹ ਸਹੀ ਹੁੰਦੇ ਨੇ ਔਰ ਇਹ ਪੇਠੇ ਦੀ ਜਿਹੜੀ ਤਸੀਰ ਆ ਠੰਡੀ ਆ। ਪੇਠਾ ਬਹੁਤ ਤਰ੍ਹਾਂ ਦੀ ਹੈ, ਪਿੱਤ ਦੀਆਂ ਬਿਮਾਰੀਆਂ ਦੇ ਵਿੱਚ, ਮਤਲਬ ਗਰਮੀ ਦੀਆਂ ਬਿਮਾਰੀਆਂ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਕਰਦਾ। ਤੁਸੀਂ ਇਸ ਤਰ੍ਹਾਂ ਜਿਹੜਾ ਪੇਠੇ ਦਾ ਜਿਹੜਾ ਲਾਭ ਲੈ ਸਕਦੇ ਹੋ। ਬਾਕੀ ਪੇਠੇ ਦੇ ਵਿੱਚ ਹੋਰ ਵੀਡੀਓ ਬਹੁਤ ਮੈਂ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਡੇਲੀ, ਹੁਣ ਕੁਝ ਦਿਨ ਮੈਂ ਪੇਠੇ 'ਤੇ ਚੱਲੂੰਗਾ, ਮਤਲਬ ਪੇਠੇ ਦੀਆਂ ਵੀਡੀਓ ਹੀ ਲੈ ਕੇ ਆਊਂਗਾ ਤੁਹਾਡੇ ਵਾਸਤੇ। ਉਸ ਦਿਨ ਇੱਦਾਂ ਆਪਾਂ ਪੇਠੇ ਦੇ ਉੱਪਰ ਹੀ ਰੱਖਾਂਗੇ ਵੀਡੀਓ, ਪੇਠੇ ਦੇ ਜਿਹੜੇ ਹੋਰ ਫਾਇਦੇ ਨੇ। ਪਹਿਲਾਂ ਮੈਂ ਦੱਸ ਚੁੱਕਿਆ ਪੇਠਾ ਤੁਹਾਡੇ ਲੀਵ ਇਹਦੇ ਵਾਸਤੇ, ਅਲਸਰ ਵਾਸਤੇ, ਐਸਿਡ ਵਾਸਤੇ, ਹਾਈਪਰ ਐਸਿਡਿਟੀ ਵਾਸਤੇ, ਤੇਜ਼ਾਬ ਵਾਸਤੇ ਕਿੰਨਾ ਫਾਇਦੇਮੰਦ ਆ, ਔਰ ਪੇਠਾ ਜਿਹੜਾ ਹੈਗਾ ਮਿਰਗੀ ਦੇ ਦੌਰੇ ਵਿੱਚ ਕਿੰਨਾ ਫਾਇਦੇਮੰਦ ਆ, ਉਹ ਵੀ ਦੱਸ ਚੁੱਕਿਆ ਮੈਂ, ਵੀਡੀਓ ਬਣਾ ਚੁੱਕਿਆ। ਔਰ ਅੱਜ ਦੀ ਵੀਡੀਓ ਜਿਹੜੀ ਹੈਗੀ ਆ ਪੱਥਰੀਆਂ ਵਾਸਤੇ ਸੀ, ਇਹ ਪੱਥਰੀਆਂ ਦੇ ਵਿੱਚ ਤੁਸੀਂ ਪੇਠੇ ਦਾ ਜੂਸ ਕੱਢ ਕੇ ਉਹਦਾ ਲਾਭ ਲੈ ਸਕਦੇ ਹੋ, ਵਿੱਚ ਉਹਦੇ ਜੌਂ ਖਾਰ ਅਤੇ ਹਿੰਗ ਦਾ ਇੱਦਾਂ ਪਾਊਡਰ ਘੋਲ ਕੇ ਪੀਣਾ ਸਵੇਰੇ ਖਾਲੀ ਪੇਟ। ਦੋ ਟਾਈਮ ਵੀ ਲੈ ਸਕਦੇ ਹੁੰਦੇ ਹੋ, ਸਵੇਰੇ ਖਾਲੀ ਪੇਟ ਇਹਨੂੰ ਲੈ ਕੇ 2 ਘੰਟੇ ਕੁਛ ਖਾਣਾ ਪੀਣਾ ਨਹੀਂ, 2 ਘੰਟੇ ਉਦੋਂ ਬਾਅਦ ਕੁਛ ਖਾਣਾ ਪੀਣਾ ਨਹੀਂ, ਸਵੇਰੇ ਖਾਲੀ ਪੇਟ ਇਹਨੂੰ ਪੀ ਕੇ 2 ਘੰਟੇ ਕੁਛ ਖਾਣਾ ਪੀਣਾ ਨਹੀਂ। ਬਾਕੀ ਇੱਦਾਂ ਇਹਦਾ ਸੇਵਨ ਕਰ ਸਕਦੇ ਹੋ। ਬਾਕੀ ਤੁਸੀਂ ਮੈਨੂੰ ਮਿਲਣ ਬਾਰੇ ਪੁੱਛਦੇ ਹੋ, ਕਈ ਵਾਰੀ ਐਤਵਾਰ, ਸੋਮਵਾਰ, ਸ਼ੁੱਕਰਵਾਰ ਧੂਰੀ ਮਿਲਦਾ ਮੈਂ ਓਲਡ ਆਯੁਰਵੇਦਾ ਦੇ ਵਿੱਚ, ਫਲਾਈਓਵਰ ਦੇ ਨੇੜੇ, ਆਪਣਾ ਓਲਡ ਆਯੁਰਵੇਦਾ ਧੂਰੀ ਜਨਤਾ ਨਗਰ, ਓਲਡ ਆਯੁਰਵੇਦਾ ਫਲਾਈਓਵਰ ਦੇ ਨੇੜੇ। ਐਤਵਾਰ, ਸੋਮਵਾਰ, ਸ਼ੁੱਕਰਵਾਰ 11 ਤੋਂ 5 ਵਜੇ ਤੱਕ ਮਿਲਦਾ ਮੈਂ। ਨੰਬਰ ਮੇਰਾ 9857503390, 9853043390, ਇਸੇ ਨੰਬਰ 'ਤੇ ਵਟਸਐਪ ਚੱਲਦਾ, ਵਟਸਐਪ ਵੀ ਕਰ ਸਕਦੇ ਹੋ, ਕੋਈ ਗੱਲਬਾਤ ਪੁੱਛਣੀ ਹੈ ਵਟਸਐਪ 'ਤੇ ਪੁੱਛ ਸਕਦੇ ਹੋ, ਮੈਸੇਜ ਕਰਕੇ ਜਾਂ ਬੋਲ ਕੇ ਪਾ ਸਕਦੇ ਹੋ। ਬਾਕੀ ਤੁਹਾਨੂੰ ਪਤਾ ਹੀ ਹੈ, ਬਾਕੀ ਤੁਸੀਂ ਹੋਰ ਸੇਵਾ ਲੈ ਸਕਦੇ ਹੋ, ਜਿੱਦਾਂ ਅਲੱਗ ਅਲੱਗ ਬਿਮਾਰੀਆਂ ਬਾਰੇ ਤੁਸੀਂ ਆਉਂਦੇ ਰਹਿੰਦੇ ਮੇਰੇ ਕੋਲ ਮਰੀਜ਼, ਜਿੱਦਾਂ ਮਹਾਰਾਜ ਦੀ ਕਿਰਪਾ ਨਾਲ ਚਲੋ ਰਿਜ਼ਲਟ ਮਿਲ ਜਾਂਦੇ ਨੇ ਵਧੀਆ। ਬਾਕੀ ਗੁਪਤ ਰੋਗ ਹੋ ਗਏ, ਹੋਰ ਤਰ੍ਹਾਂ ਦੇ ਕਈ ਬਿਮਾਰੀਆਂ ਹੋ ਗਈਆਂ ਅਲੱਗ ਅਲੱਗ ਤਰ੍ਹਾਂ ਦੀਆਂ, ਅਤੇ ਹਰ ਤਰ੍ਹਾਂ ਦੇ ਆਉਂਦੇ ਨੇ। ਬਾਕੀ ਦੇਸ਼ ਵਿਦੇਸ਼ 'ਚ ਕਿਤੇ ਵੀ ਦਵਾਈਆਂ ਭੇਜ ਵੀ ਦਿੰਦੇ ਹੁੰਦੇ ਆਪਾਂ, ਪਤਾ ਹੀ ਆ ਤੁਹਾਨੂੰ। ਬਾਕੀ ਦਿਓ ਆ ਗਿਆ, ਹੋਰ ਵੀਡੀਓ ਲੈ ਕੇ ਜਲਦੀ ਤੁਹਾਡੀ ਸੇਵਾ 'ਚ ਆਊਂਗਾ। ਸੋ ਖੁਸ਼ ਰਹੋ, ਤੰਦਰੁਸਤ ਰਹੋ।